ਇਹਨਾਂ ਨੇ ਬੀ ਏ ਵਿੱਚ ਪੋਲ ਸਾਇੰਸ ਹਿਸਟਰੀ ਇਲੈਕਟਿਵ ਪੰਜਾਬੀ ਆਨਰ ਵੀ ਲਿਖਿਆ ਹੈ ਸ਼ਾਇਦ ਪੰਜਾਬੀ ਆਨਰ ਹੋਏਗੀ ਹੈ ਨਾ ਬੜੇ ਅੱਛੇ ਕੰਬੀਨੇਸ਼ਨ ਬੰਦੇ ਨੇ ਪਰ ਐਮ ਏ ਹਿਸਟਰੀ ਨਾਲ ਕੀਤੀ ਹੋਈ ਹੈ ਇੱਧਰ ਲਿਖ ਲੈਂਦੇ ਹਾਂ ਥੋੜ੍ਹਾ ਆਸਾਨ ਹੋ ਜਾਏਗਾ ਪੋਲੀਟੀਕਲ ਸਾਇੰਸ ਪੋਲ ਸਾਇੰਸ ਹਿਸਟਰੀ ਔਰ ਪੰਜਾਬੀ ਇਹੀ ਹੈ ਨਾ ਅਤੇ ਨਾਲ ਪੋਸਟ ਗ੍ਰੈਜੂਏਸ਼ਨ 'ਚ ਹਿਸਟਰੀ ਇਹ ਕੀਤੀ ਹੋਈ ਹੈ ਹਿਸਟਰੀ ਇੱਥੇ ਕੀਤੀ ਹੋਈ ਹੈ ਹੁਣ ਜੇ ਤਾਂ ਤੁਸੀਂ ਗੌਰਮੈਂਟ ਜੋਬ ਲੈਣਾ ਚਾਹੁੰਦੇ ਹੋ ਟੀ ਜੀ ਟੀ ਦੀ ਇਹ ਰਹੀ ਗੌਰਮੈਂਟ ਜੋਬ ਟੀ ਜੀ ਟੀ ਦੀ ਫਿਰ ਤਾਂ ਤੁਹਾਨੂੰ ਦੋਨਾਂ ਦੇ ਮਿਲਦੇ ਹਨ ਹਿਸਟਰੀ ਤੁਸੀਂ ਪੜ੍ਹਿਆ ਹੈ ਬਹੁਤ ਜ਼ਿਆਦਾ ਫਾਇਦਾ ਹੈ ਤੁਹਾਨੂੰ ਮੇਰੇ ਹਿਸਾਬ ਨਾਲ ਐੱਸ ਐੱਸ ਟੀ ਇਹਨਾਂ ਦੋਨਾਂ ਦੇ ਬੇਸ 'ਤੇ ਤੁਸੀਂ ਐੱਸ ਐੱਸ ਟੀ ਲੈਂਦੇ ਹੋ ਤਾਂ ਅਡੀਸ਼ਨਲ ਪੇਪਰ ਕੋਈ ਨਹੀਂ ਦੇਣਾ ਪੈ ਰਿਹਾ ਸੀ ਬੀ ਐੱਸ ਸੀ ਦੇ ਸਕੂਲਾਂ ਵਿੱਚ ਗੌਰਮੈਂਟ ਜੋਬ ਲਈ ਐਲੀਜੀਬਲ ਹੋ ਪੰਜਾਬ ਦੇ ਸਕੂਲਾਂ 'ਚ ਗੌਰਮੈਂਟ ਜੋਬ ਲਈ ਐਲੀਜੀਬਲ ਹੋ ਕਾਰਨ ਇਹ ਹੈ ਕਿ ਤੁਸੀਂ ਦੋਨੇ ਹੀ ਸਕੂਲ ਸਬਜੈਕਟ ਪੜ੍ਹੇ ਹੋ ਔਰ ਹਿਸਟਰੀ ਪ੍ਰੈਫਰਡ ਕੀਤਾ ਜਾਂਦਾ ਸੀ ਬੀ ਐੱਸ ਸੀ 'ਚ ਉਹ ਵੀ ਤੁਸੀਂ ਪੜ੍ਹਿਆ ਹੋਇਆ ਹੈ ਇਲੈਕਟਿਵ ਪੰਜਾਬੀ ਔਰ ਆਨਰ ਹੈ ਇਹ ਤੁਹਾਡਾ ਬੈਸਟ ਕੰਬੀਨੇਸ਼ਨ ਐੱਸ ਐੱਸ ਟੀ ਪੰਜਾਬੀ ਹੀ ਬਣ ਰਿਹਾ ਹੈ ਕੋਈ ਪ੍ਰੋਬਲਮ ਨਹੀਂ ਹੈ ਅਡੀਸ਼ਨਲ ਕੋਈ ਨਹੀਂ ਦੇਣਾ ਪੈ ਰਿਹਾ ਹਾਂ ਤੁਸੀਂ ਹਿਸਟਰੀ ਕੀਤੀ ਹੋਈ ਹੈ ਇਸ ਲਈ ਤੁਸੀਂ ਬੀ ਐੱਡ ਕਰਨ ਤੋਂ ਬਾਅਦ ਅਡੀਸ਼ਨਲ ਬੀ ਐੱਡ ਦਾ ਪੈਡਾਗੋਜੀ ਆਫ ਹਿਸਟਰੀ ਦਾ ਪੇਪਰ ਬਾਅਦ ਵਿੱਚ ਜ਼ਰੂਰ ਦੇ ਦਿਓ ਤਾਂ ਜੋ ਤੁਸੀਂ ਪੀ ਜੀ ਟੀ ਹਿਸਟਰੀ ਲਈ ਪੀ ਜੀ ਟੀ ਹਿਸਟਰੀ ਲਈ ਐਲੀਜੀਬਲ ਹੋ ਜਾਵੋ ਸਿਰਫ ਜਲਦੀ ਐਲੀਜੀਬਲ ਹੋ ਜਾਣਾ ਬੀ ਐੱਡ ਦਾ ਪੇਪਰ ਦੇਣਾ ਸੌਖਾ ਹੈ ਸੱਤ ਕੁ ਮਹੀਨੇ ਘੱਟੋ ਘੱਟ ਲੱਗਦੇ ਹਨ ਸੱਤ ਮਹੀਨੇ ਨਹੀਂ ਸਾਲ ਲੱਗ ਜਾਂਦਾ ਸੋਰੀ ਦੋ ਸਮੈਸਟਰ ਵਾਈਜ਼ ਜੇ ਹੁੰਦਾ ਹੈ ਕਿਹੜੀ ਯੂਨੀਵਰਸਿਟੀ ਤੋਂ ਉਸ ਲਈ ਅਲੱਗ ਤੋਂ ਵੀਡੀਓ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਜਦ ਦੇ ਦਾਂਗਾ ਜਿਨ੍ਹਾਂ ਲਈ ਕਾਫੀ ਬੱਚਿਆਂ ਦੀ ਪ੍ਰੋਬਲਮ ਸੋਲਵ ਹੋ ਜਾਏਗੀ ਤੋ ਤੁਹਾਡੇ ਲਈ ਹੋਰ ਕੋਈ ਕ੍ਰਾਈਟੀਰੀਆ ਨਹੀਂ ਹੈ ਤਾਂ ਸਭ ਕੁਝ ਤੁਹਾਡੇ ਲਈ ਸਪਸ਼ਟ ਹੈ ਥੈਂਕ ਯੂ ਡਾਕਟਰ ਤੀਰਥ ਸਿੰਘ ਲਰਨ ਟੂ ਐਕਚੁਲਾਈਜ਼